31 ਅਗਸਤ 1994 ਦੀ ਸ਼ਾਮ ਨੂੰ ਤਿੰਨ ਲੋਕ ਚੰਡੀਗੜ੍ਹ ਦੇ ਅਰੋਮਾ ਹੋਟਲ ਦੇ ਵਿੱਚ ਬੈਠੇ ਖਾਣਾ ਖਾ ਰਹੇ ਸਨ। ਇਹ ਤਿੰਨਾਂ ਦੇ ਵਿੱਚੋਂ ਦੋ ਜਣੇ ਕੇਨੀਆ ਮੂਲ ਦੇ ਸਨ ਤੇ ਉਹ ਉਸ ਟਾਈਮ ਮੋਹਾਲੀ ਦੀ ਇੱਕ ਕੋਠੀ ਦੇ ਵਿੱਚ ਕਿਰਾਏ ਤੇ ਰਹਿੰਦੇ ਸਨ ਤੇ ਇਹਨਾਂ ਦੇ ਨਾਲ ਹੀ 23-24 ਸਾਲਾਂ ਦੀ ਇੱਕ ਕੁੜੀ ਬੈਠੀ ਵੀ ਖਾਣਾ ਖਾ ਰਹੀ ਸੀ, ਜੋ ਕਿ ਲੰਘੀ 27 ਅਗਸਤ ਨੂੰ ਹੀ ਚੰਡੀਗੜ੍ਹ ਦੇ ਵਿੱਚ ਆਈ ਸੀ ਤੇ ਅਸਲ ਦੇ ਵਿੱਚ ਇਹ ਫਰਾਂਸ ਮੂਲ ਦੀ ਸੀ। ਇਹ ਤਿੰਨੇ ਲੋਕ ਆਪਣੇ ਆਪ ਦੇ ਵਿੱਚ ਇੰਜੋਏ ਕਰ ਰਹੇ ਸਨ ਤੇ ਉਸ ਟਾਈਮ ਹੀ 6-7 ਲੋਕ ਜੋ ਕਿ ਦੇਖਣ ਦੇ ਵਿੱਚ ਪੰਜਾਬੀ ਲੋਕ ਸਨ ਉਹ ਚੰਡੀਗੜ੍ਹ ਦੇ ਅਰੋਮਾ ਹੋਟਲ ਦੇ ਵਿੱਚ ਦਾਖਲ ਹੁੰਦੇ ਆ ਤੇ ਉਹਨਾਂ ਦੀ ਨਜ਼ਰ ਇਹਨਾਂ ਦੇ ਗਰੁੱਪ ਤੇ ਪੈਂਦੀ ਆ ਤੇ ਇਹਨਾਂ ਨੂੰ ਉਹ 30-24 ਸਾਲਾਂ ਦੀ ਕੁੜੀ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਆ। ਉਹ ਉਸ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤੇ ਉਸ ਟਾਈਮ ਹੀ ਉਹ ਉਸ ਨੂੰ ਸ਼ਰਾਬ ਦੀ ਪੇਸ਼ਕਸ਼ ਵੀ ਕਰਦੇ ਆ ਪਰ ਉਹ ਉਹਨਾਂ ਸਭ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਆ। ਪਰ ਇਹ ਲੋਕ ਫਿਰ ਵੀ ਪਿੱਛੇ ਨਹੀਂ ਹਟਦੇ, ਇਹ ਲੋਕ ਹੋਰ ਚੀਜ਼ਾਂ ਵੀ ਉਸ ਲੜਕੀ ਦੇ ਨਾਲ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਜਿਸ ਤੋਂ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਬਹਿਸ ਵੱਧ ਜਾਂਦੀ ਆ। ਤੇ ਉਸ ਟਾਈਮ ਹੀ ਜੋ ਕੇਨੀਆ ਮੂਲ ਦਾ ਜੇਮਸ ਨਾਂ ਦਾ ਵਿਅਕਤੀ ਬੈਠਾ ਸੀ ਉਹ ਇਸ ਟਾਈਮ ਮੌਕੇ ਦਾ ਬਚਾਅ ਕਰਦਾ ਹੈ ਤੇ ਉਹ ਦੋਨੇ ਲੜਕੀਆਂ ਨੂੰ, ਆਪਣੀ ਪਤਨੀ ਤੇ ਉਸ ਫਰਾਂਸੀ ਲੜਕੀ ਨੂੰ ਲੈ ਕੇ ਉੱਥੋਂ ਨਿਕਲ ਜਾਂਦਾ ਹੈ। ਉਹ ਉਸ ਟਾਈਮ ਬਾਹਰ ਆ ਕੇ ਆਟੋ ਕਰਾਉਂਦੇ ਨੇ, ਆਟੋ ਲੈ ਕੇ ਉਹ ਆਪਣੇ ਘਰ ਵੱਲ ਨੂੰ ਨਿਕਲ ਜਾਂਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਇਹ ਸਭ ਦੇ ਵਿੱਚ ਉਹਨਾਂ ਦਾ ਬਚਾਅ ਹੋ ਗਿਆ ਹੈ, ਹੁਣ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੋਈ ਡਰ ਨਹੀਂ ਹੈ। ਪਰ ਇਹ ਉਹਨਾਂ ਦਾ ਬਹੁਤ ਹੀ ਵੱਡਾ ਵਹਿਮ ਸੀ ਕਿਉਂਕਿ ਉਸ ਟਾਈਮ ਹੀ ਉਹ ਦੋਨੇ ਗੱਡੀਆਂ ਜਿਨ੍ਹਾਂ ਦੇ ਵਿੱਚ ਉਹ 6-7 ਲੋਕ ਆਏ ਸਨ ਉਹ ਉਹਨਾਂ ਦਾ ਪਿੱਛਾ ਕਰ ਰਹੀਆਂ ਸਨ। ਇਹ ਲੋਕ ਆਪਣੇ ਘਰ ਦੇ ਵਿੱਚ ਉਤਰਦੇ ਆ ਜੋ ਕਿ ਮੋਹਾਲੀ ਦੇ ਫੇਸ 9 ਦੇ ਵਿੱਚ ਸੀ। ਇਹ ਉੱਥੇ ਆ ਕੇ ਉਤਰ ਕੇ ਆਟੋ ਵਾਲੇ ਨੂੰ ਕਿਰਾਇਆ ਦਿੰਦੇ ਨੇ ਤੇ ਘਰ ਦੇ ਵਿੱਚ ਚਲੇ ਜਾਂਦੇ ਨੇ ਤੇ ਇਹ ਉਸ ਟਾਈਮ ਉਸ ਗੱਲ ਨੂੰ ਭੁੱਲ ਭੁਲਾ ਗਏ ਸਨ। ਪਰ ਰਾਤ ਦੇ ਜਿੱਦਾਂ ਹੀ 1-2 ਵੱਜਦੇ ਨੇ ਤਾਂ ਉਹਨਾਂ ਦੇ ਘਰ ਤੇ ਆ ਕੇ ਕੁਝ ਲੋਕ ਦਸਤਕ ਦਿੰਦੇ ਨੇ। ਉਹ ਕਹਿੰਦੇ ਨੇ ਕਿ ਉਹ ਪੁਲਿਸ ਵੱਲੋਂ ਆਏ ਨੇ ਤੇ ਉਹਨਾਂ ਨੇ ਉਹਨਾਂ ਦੇ ਘਰ ਦੀ ਜਾਂਚ ਕਰਨੀ ਹੈ। ਇਹ ਸਭ ਦੇ ਵਿੱਚ 2 ਵਰਦੀ ਵਾਲੇ ਪੁਲਿਸ ਨੂੰ ਜੇਮਸ ਉੱਥੇ ਖੜੇ ਵੀ ਦੇਖਦਾ ਹੈ ਤੇ ਪਰ ਜਿੱਦਾਂ ਹੀ ਉਹ ਦਰਵਾਜ਼ਾ ਖੋਲਦਾ ਹੈ ਇਹਨਾਂ ਦੇ ਨਾਲ 2 ਪੁਲਿਸ ਵਾਲਿਆਂ ਦੇ ਨਾਲ 3 ਲੋਕ ਹੋਰ ਸਨ ਜੋ ਕਿ ਆਮ ਕੱਪੜਿਆਂ ਦੇ ਵਿੱਚ ਸੀ। ਇਹ ਸਿੱਧਾ ਉਸ ਕਮਰੇ ਦੇ ਵਿੱਚ ਵੜਦੇ ਨੇ ਜਿੱਥੇ ਉਹ 23-24 ਸਾਲਾਂ ਦੀ ਕੁੜੀ ਬੈਠੀ ਸੀ। ਉਸ ਨੂੰ ਚੁੱਕ ਲੈਂਦੇ ਨੇ, ਚੁੱਕ ਕੇ ਉੱਥੋਂ ਨੀਚੇ ਲੈ ਕੇ ਆਉਂਦੇ ਨੇ ਤੇ ਜਿਪਸੀ ਦੇ ਵਿੱਚ ਸੁੱਟ ਦਿੰਦੇ ਨੇ। ਉਸ ਟਾਈਮ ਹੀ ਉਹ ਲੜਕੀ ਦੇਖ ਲੈਂਦੀ ਆ ਕਿ ਉਸ ਜਿਪਸੀ ਦੇ ਉੱਤੇ ਲਾਲ ਬੱਤੀ ਲੱਗੀ ਹੋਈ ਆ, ਯਾਨੀ ਕਿ ਜੋ ਇਹ ਕੁੜੀ ਨੂੰ ਚੱਕਣ ਆਏ ਸਨ ਉਹ ਲੋਕ ਆਮ ਨਹੀਂ ਸਨ। ਉਸ ਤੋਂ ਬਾਅਦ ਉਸ ਫਰਾਂਸੀ ਕੁੜੀ ਨੂੰ ਇੱਕ ਸੁਨਸਾਨ ਜਗ੍ਹਾ ਤੇ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਉਸਦੇ ਨਾਲ ਜ਼ੋਰ ਜ਼ਬਰਦਸਤੀ ਹੁੰਦੀ ਆ ਤੇ ਬਾਅਦ ਦੇ ਵਿੱਚ ਉਸਨੂੰ ਇੱਕ ਹੋਟਲ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ। ਜਿੱਦਾਂ ਹੀ ਉਹ ਕੁੜੀ ਹੋਟਲ ਦੇ ਵਿੱਚ ਆਉਂਦੀ ਆ ਤੇ ਇੱਕ ਵਿਦੇਸ਼ੀ ਕੁੜੀ ਹੋਣ ਕਰਕੇ ਉਹ ਆਪਣਾ ਦਿਮਾਗ ਲਾਉਂਦੀ ਆ ਤੇ ਉਹ ਉਹਨਾਂ ਲੋਕਾਂ ਨੂੰ ਕਹਿੰਦੀ ਆ ਕਿ ਉਹਨਾਂ ਨੇ ਹੁਣ ਉਸਨੂੰ ਚੁੱਕ ਹੀ ਲਿਆ ਹੈ ਤਾਂ ਉਹ ਲੋਕ ਉਸ ਨਾਲ ਧੱਕਾ ਨਾ ਕਰਨ, ਉਹ ਜੋ ਵੀ ਕਰਨਾ ਚਾਹੁੰਦੇ ਨੇ ਉਹ ਹਸੀ ਖੁਸ਼ੀ ਕਰਨ ਪਰ ਉਸ ਨਾਲ ਉਹ ਕੋਈ ਵੀ ਜ਼ਬਰਦਸਤੀ ਨਾ ਕਰਨ। ਇਹ ਕਹਿਣ ਦੀ ਹੀ ਦੇਰ ਸੀ ਕਿ ਉਹ ਲੋਕ ਸਮਝ ਲੈਂਦੇ ਨੇ ਕਿ ਉਹ ਕੁੜੀ ਹੁਣ ਉਹਨਾਂ ਦੇ ਚੁੰਗਲ ਦੇ ਵਿੱਚੋਂ ਨਹੀਂ ਭੱਜੇਗੀ ਤੇ ਇਸ ਟਾਈਮ ਹੀ ਉਹ ਲੜਕਾ ਵੀ ਉੱਥੇ ਆ ਜਾਂਦਾ ਹੈ ਜਿਹੜਾ ਉਸ ਰਾਤ ਯਾਨੀ ਕਿ ਲੰਘੀ ਰਾਤ ਉਸ ਲੜਕੀ ਦੇ ਨਾਲ ਲੜਿਆ ਸੀ ਤਾਂ ਉਸਨੂੰ ਸਭ ਕੁਝ ਸਮਝ ਆ ਜਾਂਦਾ ਹੈ ਕਿ ਇਹ ਕਿਸ ਦੀ ਚਾਲ ਸੀ, ਉਸਨੂੰ ਘਰੋਂ ਕਿਉਂ ਚੱਕਿਆ ਗਿਆ। ਪਰ ਉਹ ਕੁੜੀ ਦਿਮਾਗ ਲਾਉਂਦੀ ਆ ਤੇ ਉਹ ਉੱਥੋਂ ਭੱਜ ਜਾਂਦੀ ਆ। ਭੱਜ ਕੇ ਉਹ ਆਪਣੇ ਘਰ ਜਾਂਦੀ ਆ ਮੋਹਾਲੀ ਦੇ ਵਿੱਚ ਜਿੱਥੇ ਉਹ ਆਪਣੇ 2 ਕੇਣੀਆਂ ਮੂਲ ਦੇ ਦੋਸਤਾਂ ਨਾਲ ਰਹਿੰਦੀ ਸੀ ਤੇ ਜਿਸ ਤੋਂ ਬਾਅਦ ਉਹ ਫੇਰ 8 ਦੇ ਥਾਣੇ ਦੇ ਵਿੱਚ ਪਹੁੰਚਦੇ ਨੇ। ਉੱਥੇ ਉਹ ਲੜਕੀ ਆਪਣਾ ਨਾਂ ਲਿਖਾਉਂਦੀ ਆ, ਉਸਦਾ ਨਾਂ ਸੀ ਕਾਤੀਆ ਡਰਨਾਂਡ। ਕਾਤੀਆ ਫਰਾਂਸ ਦੀ ਰਹਿਣ ਵਾਲੀ ਸੀ ਅਸਲ ਦੇ ਵਿੱਚ ਤੇ ਉਹ ਜਿੱਦਾਂ ਹੀ ਆਪਣੀ ਪੁਲਿਸ ਰਫਤ ਦਿਖਾਉਂਦੀ ਆ ਤਾਂ ਪੁਲਿਸ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਆ
ਕਿਉਂਕਿ ਉਹ ਦੱਸਦੀ ਆ ਕਿ ਉਸਨੂੰ ਕਿੱਦਾਂ ਘਰੋਂ ਚੁੱਕਿਆ ਗਿਆ, ਚੁੱਕ ਕੇ ਉਸਨੂੰ ਸੁੰਨਸਾਨ ਜਗ੍ਹਾ ਤੇ ਲੈ ਕੇ ਜਾਇਆ ਗਿਆ ਤੇ ਉੱਥੇ ਉਸ ਨਾਲ ਜਿਨਸੀ ਸ਼ੋਸ਼ਣ ਹੋਇਆ। ਪਰ ਜਿੱਦਾਂ ਹੀ ਉਹ ਦੱਸਦੀ ਆ ਕਿ ਇਸ ਸਭ ਦੇ ਵਿੱਚ ਇੱਕ ਲਾਲ ਬੱਤੀ ਵਾਲੀ ਗੱਡੀ ਸ਼ਾਮਲ ਹੈ, ਤਾਂ ਪੁਲਿਸ ਉੱਥੇ ਹੀ ਚੁੱਪ ਹੋ ਜਾਂਦੀ ਆ। ਪੁਲਿਸ ਕੋਈ ਵੀ ਅੱਗੇ ਜਾਂਚ ਨਹੀਂ ਕਰਦੀ। ਕਿਉਂ ਨਹੀਂ ਕਰਦੀ? ਕਿਉਂਕਿ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਨਾ ਕੋਈ ਇਸ ਦੇ ਵਿੱਚ ਵੱਡਾ ਆਗੂ ਹੈ, ਤੇ ਜਿਸ ਕਰਕੇ 7-8 ਵਾਰੀ ਕਾਤੀਆ ਤੇ ਉਸਦੇ ਦੋਸਤਾਂ ਦੇ ਕਹਿਣ ਦੇ ਉੱਤੇ ਵੀ ਪੁਲਿਸ ਕੁਝ ਵੀ ਨਹੀਂ ਕਰਦੀ। ਇਹ ਸਭ ਚੀਜ਼ ਹੋਏ ਨੂੰ ਹਲੇ ਕੁਝ ਹੀ ਘੰਟੇ ਬੀਤੇ ਸਨ। 1 ਸਤੰਬਰ ਨੂੰ ਬਲਜੀਤ ਬੱਲੀ, ਜੋ ਕਿ ਅਜੀਤ ਅਖਬਾਰ ਦੇ ਉਸ ਟਾਈਮ ਪੱਤਰਕਾਰ ਸਨ, ਆਪਣੇ ਦਫ਼ਤਰ ਦੇ ਵਿੱਚ ਬੈਠੇ ਹੋਏ ਸਨ ਤੇ ਉਹਨਾਂ ਨੂੰ ਉਹਨਾਂ ਦੇ ਹੀ ਇੱਕ ਸੂਤਰ ਦੁਆਰਾ ਫੋਨ ਕੀਤਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਇੱਕ ਇਦਾਂ ਇਦਾਂ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਦਰਜ ਹੋਈ ਆ, ਜੋ ਕਿ ਇੱਕ ਵਿਦੇਸ਼ੀ ਲੜਕੀ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਬਲਜੀਤ ਬੱਲੀ ਪਹਿਲਾਂ ਉਸ ਹੋਟਲ ਦੇ ਵਿੱਚ ਪਹੁੰਚਦੇ ਨੇ ਤਾਂ ਜਿੱਥੇ ਹੋਟਲ ਦੁਆਰਾ ਦੱਸਿਆ ਜਾਂਦਾ ਕਿ ਹਾਂ ਲੰਘੀ ਰਾਤ ਲੜਾਈ ਤਾਂ ਇੱਥੇ ਹੋਈ ਸੀ, ਪਰ ਅਸਲ ਦੇ ਵਿੱਚ ਕੀ ਹੋਇਆ ਉਹ ਉਸ ਹੋਟਲ ਵਾਲਿਆਂ ਨੂੰ ਵੀ ਨਹੀਂ ਪਤਾ ਹੈ। ਹੌਲੀ ਹੌਲੀ ਉਹ ਆਪਣੀ ਜਾਂਚ ਕਰਦੇ ਹੋਏ, ਸੂਤਰਾਂ ਤੋਂ ਪਤਾ ਲਾਉਂਦੇ ਹੋਏ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਥਾਣੇ ਦੇ ਵਿੱਚ ਰਿਪੋਰਟ ਦਰਜ ਹੋ ਚੁੱਕੀ ਹੈ। ਉਹ ਸਿੱਧਾ ਫੇਸ 8 ਦੇ ਥਾਣੇ ਦੇ ਵਿੱਚ ਪਹੁੰਚਦੇ ਨੇ ਜਿੱਥੇ ਪੁਲਿਸ ਦੁਆਰਾ ਦੱਸਿਆ ਜਾਂਦਾ ਕਿ ਇੱਕ ਫਰਾਂਸੀ ਮੂਲ ਦੀ ਕੁੜੀ ਜਿਸਦਾ ਨਾਂ ਕਾਤੀਆ ਹੈ, ਉਹ ਰਿਪੋਰਟ ਦਰਜ ਲਿਖਾ ਕੇ ਗਈ ਹੈ, ਪਰ ਪੁਲਿਸ ਉਸ ਕੁੜੀ ਦਾ ਐਡਰੈਸ ਨਹੀਂ ਸੀ ਦੇ ਰਹੀ। ਹਲੇ ਬਲਜੀਤ ਬੱਲੀ ਉੱਥੋਂ ਨਿਕਲ ਹੀ ਰਹੇ ਸਨ ਤੇ ਪੁਲਿਸ ਦਾ ਇੱਕ ਮੁਲਾਜ਼ਮ ਆਉਂਦਾ ਹੈ, ਤਾਂ ਉਹ ਦੱਸਦਾ ਹੈ ਇਹ ਲੋਕ ਮੋਹਾਲੀ ਦੇ ਫੇਸ 9 ਦੇ ਵਿੱਚ ਠਹਿਰੇ ਹੋਏ ਹਨ। ਪਰ ਉਹ ਉਸ ਕੋਠੀ ਦਾ ਜਾਂ ਉਸ ਘਰ ਦਾ ਐਡਰੈਸ ਨਹੀਂ ਦਿੰਦਾ ਜਿੱਥੇ ਉਹ ਇਹ ਲੋਕ ਠਹਿਰੇ ਸਨ। ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਇਹ 1994 ਦਾ ਮਾਮਲਾ ਹੈ। ਉਸ ਟਾਈਮ ਮੋਹਾਲੀ ਇੰਨਾ ਜ਼ਿਆਦਾ ਡਿਵੈਲਪ ਨਹੀਂ ਸੀ ਤੇ ਇਹ ਲੋਕ ਆਪਣੀ ਹੋਰ ਜਾਂਚ ਸ਼ੁਰੂ ਕਰ ਦਿੰਦੇ ਨੇ ਤੇ ਕੁਝ ਟਾਈਮ ਬਾਅਦ ਹੀ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਾਤੀਆ ਜਿਸ ਦੇ ਨਾਲ ਸਰੀਰਕ ਸ਼ੋਸ਼ਣ ਹੋਇਆ ਸੀ ਉਹ ਮੋਹਾਲੀ ਦੇ ਫੇਸ 9 ਦੀ ਕੋਠੀ ਨੰਬਰ 1247 ਦੇ ਵਿੱਚ ਠਹਿਰੀ ਹੋਈ ਆ। ਇਹ ਉੱਥੇ ਪਹੁੰਚਦੇ ਨੇ, ਪਹਿਲਾਂ ਤਾਂ ਕਾਤੀਆ ਇਹਨਾਂ ਨੂੰ ਆਪਣੇ ਬਿਆਨ ਦੇਣ ਤੋਂ ਜਵਾਬ ਦੇ ਦਿੰਦੀ ਹੈ, ਪਰ ਕੁਝ ਟਾਈਮ ਬਾਅਦ ਇਹਨਾਂ ਨੂੰ ਭਰੋਸੇ 'ਤੇ ਲੈਣ ਤੋਂ ਬਾਅਦ ਉਹ ਇਹਨਾਂ ਨੂੰ ਸਾਰੇ ਬਿਆਨ ਦਿੰਦੀ ਆ ਕਿ ਕਿੱਦਾਂ ਉਸਦੇ ਨਾਲ ਸਰੀਰਕ ਸ਼ੋਸ਼ਣ ਹੋਇਆ, ਕਿੱਦਾਂ ਉਸਦੇ ਨਾਲ ਸਭ ਕੁਝ ਹੋਇਆ। ਇਸ ਤੋਂ ਬਾਅਦ ਅਗਲੇ ਦਿਨ ਜਾਣੀ ਕਿ 2 ਸਤੰਬਰ 1994 ਨੂੰ ਅਜੀਤ ਅਖਬਾਰ ਦੇ ਮੁੱਢਲੇ ਪੰਨੇ ਦੇ ਵਿੱਚ ਇੱਕ ਅਜਿਹੀ ਖਬਰ ਲੱਗਦੀ ਹੈ ਜਿਸ ਦੇ ਨਾਲ ਉਸ ਟਾਈਮ ਦੀ ਸਰਕਾਰ ਦੀਆਂ ਜੜ੍ਹਾਂ ਤੱਕ ਹਿੱਲ ਜਾਂਦੀਆਂ ਨੇ। ਇਹੀ ਖਬਰ ਸੀ ਕਿ ਕਿੱਦਾਂ ਕਾਤੀਆ ਡਰਨਾਨ ਦੇ ਨਾਲ ਸਰੀਰਕ ਸ਼ੋਸ਼ਣ ਹੁੰਦਾ ਹੈ, ਕਿੱਦਾਂ ਇੱਕ ਲਾਲ ਬੱਤੀ ਵਾਲੀ ਗੱਡੀ ਉਸਨੂੰ ਚੱਕਦੀ ਆ, ਸੁੰਨਸਾਨ ਜਗ੍ਹਾ ਤੇ ਲੈ ਕੇ ਜਾਇਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਸਨੂੰ ਇੱਕ ਹੋਟਲ ਦੇ ਵਿੱਚ ਲੈ ਕੇ ਆਇਆ ਜਾਂਦਾ ਤੇ ਇਸ ਤੋਂ ਬਾਅਦ ਉਹ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੁੰਦੀ ਆ। ਤੇ ਜਿੱਦਾਂ ਹੀ ਇਹ ਖਬਰ ਸੁਰਖੀਆਂ ਦੇ ਵਿੱਚ ਆਉਂਦੀ ਆ ਤਾਂ ਦੂਸਰੇ ਆਗੂ, ਦੂਸਰੀਆਂ ਪਾਰਟੀਆਂ ਦੇ ਆਗੂ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਪਰ ਹਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਅਸਲ ਦੇ ਵਿੱਚ ਜਿਪਸੀ ਕਿਹੜੀ ਹੈ ਜਿਹੜੀ ਇਸ ਸਭ ਦੇ ਵਿੱਚ ਯੂਜ਼ ਹੋਈ ਆ, ਤੇ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਇਹ ਜਿਪਸੀ ਲਾਲ ਬੱਤੀ ਵਾਲੀ ਯੂਜ਼ ਕੀਤੀ ਆ। ਪਰ ਹੌਲੀ ਹੌਲੀ ਹੁੰਦੇ ਹੋਏ, ਜਾਣੀ ਕਿ ਦੁਪਹਿਰ ਹੁੰਦੇ ਹੋਏ, ਇਹ ਖਬਰ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਚੁੱਕੀ ਸੀ ਤੇ ਦਿੱਲੀ ਤੋਂ ਵੀ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ ਹੌਲੀ ਇਹ ਸਭ ਦੀ ਗੱਲ ਮੁੱਖ ਮੰਤਰੀ ਬੇਅੰਤ ਸਿੰਘ ਦੇ ਘਰ ਤੱਕ ਪਹੁੰਚਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਦੁਪਹਿਰ ਹੁੰਦੇ ਹੁੰਦੇ ਪਤਾ ਲੱਗ ਚੁੱਕਿਆ ਸੀ ਕਿ ਜੋ ਗੱਡੀ ਇਸ ਸਭ ਦੇ ਵਿੱਚ ਵਰਤੀ ਗਈ ਹੈ ਉਹ ਅਸਲ ਦੇ ਵਿੱਚ ਮੁੱਖ ਮੰਤਰੀ ਦੇ ਸਿਕਿਉਰਿਟੀ ਦੀ ਗੱਡੀ ਹੈ। ਤੇ ਹੁਣ ਇਹ ਸਿੱਧੀਆਂ ਪੈੜਾਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਘਰ ਵੱਲ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਸਨ। ਦੂਸਰੀਆਂ ਪਾਰਟੀਆਂ ਵੀ ਇਸ ਸਭ ਦਾ ਦਬਾਅ ਮੁੱਖ ਮੰਤਰੀ ਬੇਅੰਤ ਸਿੰਘ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ।
ਉਹ ਕਹਿੰਦੀਆਂ ਨੇ ਕਿ ਉਹ ਜਾਂਚ ਕਰਨ। ਤੇ ਉਸ ਟਾਈਮ ਹੀ 1994 ਦੇ ਵਿੱਚ ਮਾਨਸੂਨ ਸੈਸ਼ਨ ਚੱਲ ਰਿਹਾ ਸੀ, ਜਿੱਥੇ ਵਿਰੋਧੀ ਧਿਰ ਇਹ ਸਭ ਮਾਮਲੇ ਉੱਥੇ ਚੱਕਦੇ ਨੇ, ਅਤੇ ਜਿਸ ਦੇ ਚੱਲਦੇ ਮੁੱਖ ਮੰਤਰੀ ਦਬਾਅ ਦੇ ਵਿੱਚ ਮਾਨਸੂਨ ਸੈਸ਼ਨ ਹੀ ਰੱਦ ਕਰ ਦਿੰਦੇ ਨੇ। ਇਸੇ ਦੌਰਾਨ ਪੁਲਿਸ ਦੇ ਉੱਤੇ ਵੀ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਪੁਲਿਸ ਨੇ ਹਾਲੇ ਤੱਕ ਕਾਤੀਆ ਦਾ ਕੋਈ ਵੀ ਪ੍ਰੋਪਰ ਬਿਆਨ ਦਰਜ ਨਹੀਂ ਸੀ ਕੀਤਾ। ਅਤੇ ਜਿਸ ਤੋਂ ਬਾਅਦ ਪੁਲਿਸ ਉਸਦਾ ਬਿਆਨ ਨੂੰ ਪ੍ਰੋਪਰ ਦਰਜ ਕਰਦੀ ਆ, ਅਤੇ ਉਸਨੂੰ ਕਈ ਫੋਟੋਆਂ ਵੀ ਦਿਖਾਈਆਂ ਜਾਂਦੀਆਂ ਨੇ, ਅਤੇ ਉਹ ਫੋਟੋਆਂ ਦੇ ਵਿੱਚ ਪਹਿਚਾਣ ਕਰ ਲੈਂਦੀ ਆ ਮੁੱਖ ਮੁਲਜ਼ਮ ਦੀ। ਇਹ ਮੁੱਖ ਮੁਲਜ਼ਮ ਕੌਣ ਸੀ? ਉਸ ਟਾਈਮ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਗੁਰਕੀਰਤ ਕੋਟਲੀ, ਜਿਸ ਦੀ ਉਸ ਟਾਈਮ ਉਮਰ ਸਿਰਫ 21 ਸਾਲ ਸੀ। ਇਹ ਕੇਸ ਉਸ ਟਾਈਮ ਇੰਨਾ ਮਜ਼ਬੂਤ ਹੋ ਚੁੱਕਿਆ ਸੀ ਕਿ ਇਸ ਸਭ ਦੀ ਖਬਰ ਦਿੱਲੀ ਤੱਕ ਪਹੁੰਚ ਜਾਂਦੀ ਆ, ਅਤੇ ਨਾਲ ਹੀ ਫਰਾਂਸ ਦੀ ਐਮਬੈਸੀ ਤੱਕ ਵੀ ਇਹ ਖਬਰ ਚਲੀ ਜਾਂਦੀ ਆ, ਜਿਸ ਤੋਂ ਬਾਅਦ ਫਰਾਂਸ ਦੀ ਸਰਕਾਰ ਵੀ ਐਕਸ਼ਨ ਦੇ ਵਿੱਚ ਆਉਂਦੀ ਆ, ਜਿਸ ਤੋਂ ਬਾਅਦ ਦਿੱਲੀ ਦੇ ਸਾਰੇ ਨੇਤਾ ਇਕੱਠੇ ਹੋ ਕੇ ਇਹ ਕਹਿ ਦਿੰਦੇ ਨੇ ਕਿ ਜਾਂ ਤਾਂ ਮੁੱਖ ਮੰਤਰੀ ਪੰਜਾਬ ਦਾ ਅਸਤੀਫਾ ਦੇਵੇ, ਅਤੇ ਨਹੀਂ ਉਹਨਾਂ ਲੋਕਾਂ 'ਤੇ ਕਾਰਵਾਈ ਕਰੇ ਜੋ ਇਸ ਸਭ ਦੇ ਵਿੱਚ ਸ਼ਾਮਲ ਨੇ। ਇਸ ਤੋਂ ਬਾਅਦ ਮੁੱਖ ਮੰਤਰੀ ਮੀਡੀਆ 'ਤੇ ਆ ਕੇ ਬਿਆਨ ਦਿੰਦੇ ਨੇ ਕਿ ਜੋ ਵੀ ਇਸ ਦੇ ਵਿੱਚ ਮੁਲਜ਼ਮ ਹੋਵੇਗਾ ਉਸ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਤੇ ਉਸ ਟਾਈਮ ਦੇ ਹੀ DGP KPS ਗਿੱਲ ਵੀ ਸਾਹਮਣੇ ਆਉਂਦੇ ਨੇ, ਅਤੇ ਉਹ ਸਿੱਧਾ ਸਿੱਧਾ ਗੁਰਕੀਰਤ ਕੋਟਲੀ ਦਾ ਨਾਮ ਲੈਂਦੇ ਨੇ, ਅਤੇ ਉਹ ਦੱਸਦੇ ਆ ਕਿ ਉਹ ਇਸ ਸਭ ਦੇ ਵਿੱਚ ਸ਼ਾਮਲ ਹੈ। ਇਸ ਸਭ ਦੇ ਵਿੱਚ 7 ਲੋਕਾਂ ਦੇ ਨਾਮ ਸਾਹਮਣੇ ਆਉਂਦੇ ਨੇ, ਜਿਸ ਦੇ ਵਿੱਚ 4 ਗੁਰਕੀਰਤ ਕੋਟਲੀ ਦੇ ਜਾਣਨ ਵਾਲੇ ਸਨ, ਅਤੇ 2 ਪੁਲਿਸ ਮੁਲਾਜ਼ਮ ਸਨ, ਅਤੇ 7ਵਾਂ ਗੁਰਕੀਰਤ ਕੋਟਲੀ ਖੁਦ ਸੀ। 6 ਲੋਕਾਂ ਨੂੰ ਤਾਂ ਮੌਕੇ 'ਤੇ ਹੀ ਫੜ ਲਿਆ ਜਾਂਦਾ ਹੈ, ਪਰ ਹਾਲੇ ਗੁਰਕੀਰਤ ਕੋਟਲੀ ਉਸ ਟਾਈਮ ਫਰਾਰ ਚੱਲ ਰਿਹਾ ਸੀ। ਪਰ 8 ਸਤੰਬਰ ਨੂੰ ਗੁਰਕੀਰਤ ਕੋਟਲੀ ਆਪਣੇ ਆਪ ਨੂੰ ਰੋਪੜ ਦੇ SSP ਦੇ ਸਾਹਮਣੇ ਪੇਸ਼ ਕਰ ਦਿੰਦਾ ਹੈ, ਜਿਸ ਤੋਂ ਬਾਅਦ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ। ਪਰ ਇਸ ਟਾਈਮ ਹੀ ਕਾਤੀਆ ਅਤੇ ਉਸਦੇ ਨਾਲ ਰਹਿਣ ਵਾਲੇ ਉਸਦੇ ਦੋਸਤਾਂ ਦੇ ਉੱਤੇ ਵੱਖਰੇ ਵੱਖਰੇ ਲੋਕ ਦਬਾਅ ਬਣਾ ਰਹੇ ਸਨ, ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਅਤੇ ਕਾਤੀਆ ਉਸ ਟਾਈਮ ਹੀ ਪੰਜਾਬ ਨੂੰ ਛੱਡ ਕੇ, ਇੰਡੀਆ ਨੂੰ ਛੱਡ ਕੇ ਫਰਾਂਸ ਦੇ ਲਈ ਨਿਕਲ ਜਾਂਦੀ ਹੈ, ਅਤੇ ਉਹ ਦਿਨ ਹੱਦ ਅੱਜ ਤੱਕ ਕਾਤੀਆ ਕਦੇ ਵੀ ਵਾਪਸ ਨਹੀਂ ਮੁੜੀ। ਉਹਨਾਂ ਲੋਕਾਂ ਦੀਆਂ, ਜਾਣੀ ਕਿ 7 ਲੋਕਾਂ ਦੀਆਂ ਕੁਝ ਟਾਈਮ ਬਾਅਦ ਜ਼ਮਾਨਤਾਂ ਹੋ ਜਾਂਦੀਆਂ ਨੇ, ਅਤੇ ਅਪ੍ਰੈਲ 1998 ਦੇ ਵਿੱਚ ਇਹ ਕੇਸ ਦੇ ਵਿੱਚੋਂ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਇਸ ਦਾ ਕਾਰਨ ਸੀ ਕਿ ਕੋਈ ਵੀ ਇਸ ਦੇ ਵਿੱਚ ਮੁੱਖ ਗਵਾਹ ਬਣ ਕੇ ਸਾਹਮਣੇ ਨਹੀਂ ਆਇਆ, ਅਤੇ ਜਿਸਨੇ ਇਹ ਸਾਰੇ ਕੇਸ ਕੀਤੇ ਸਨ, ਜਾਣੀ ਕਿ ਕਾਤੀਆ ਡਨੈਨ ਵਾਪਸ ਕਦੇ ਵੀ ਮੁੜ ਕੇ ਪੰਜਾਬ ਨਹੀਂ ਆਈ, ਅਤੇ ਹੋਰ ਵੀ ਜੋ ਮੌਕੇ ਦੇ ਗਵਾਹ ਪਾਏ ਗਏ ਸਨ ਉਹਨਾਂ ਨੇ ਆਪਣੀ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ, ਜਾਂ ਕਹੀਏ ਸਰਕਾਰ ਦੇ ਦਬਾਅ ਹੇਠਾਂ ਉਹ ਲੋਕ ਮੁੱਕਰ ਗਏ। ਇਸ ਤੋਂ ਬਾਅਦ ਗੁਰਕੀਰਤ ਕੋਟਲੀ 2 ਵਾਰੀ MLA ਵੀ ਚੁਣੇ ਗਏ, ਅਤੇ ਪਿਛਲੀ ਸਰਕਾਰ ਦੇ ਵਿੱਚ ਉਹ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਵੱਖਰੇ ਵੱਖਰੇ ਟਾਈਮ 'ਤੇ ਬਹੁਤ ਸਾਰੇ ਲੋਕਾਂ ਵੱਲੋਂ ਕਾਤੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਹਨਾਂ ਦੇ ਵਿੱਚੋਂ ਹੀ ਸੀ ਇੱਕ ਅਕਾਲੀ ਸਰਕਾਰ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਾਤੀਆ ਪੰਜਾਬ ਆਵੇ ਤਾਂ ਉਹ ਆਪਣੀ ਗਵਾਹੀ ਦੇਵੇ, ਪਰ ਕਾਤੀਆ ਨੇ ਇਹ ਸਭ ਤੋਂ ਇਨਕਾਰ ਕਰ ਦਿੱਤਾ। ਲਾਸਟ ਵਾਰੀ ਕਾਤੀਆ ਡਨੈਨ ਖਬਰਾਂ ਦੇ ਵਿੱਚ ਉਦੋਂ ਆਈ ਸੀ ਜਦੋਂ 14 ਅਗਸਤ 2017 ਦੇ ਵਿੱਚ ਉਸਦੀ ਖਬਰ ਦਾ ਟ੍ਰਿਬਿਊਨ ਦੇ ਵਿੱਚ ਛਪੀ ਸੀ, ਜਿਸ ਦੇ ਵਿੱਚ ਉਹ ਦੱਸਦੀ ਹੈ ਕਿ ਭਾਰਤ ਹਾਲੇ ਵੀ ਕੁੜੀਆਂ ਦੇ ਲਈ ਸੇਫ ਨਹੀਂ ਹੈ, ਇੱਥੇ ਕੁੜੀਆਂ ਬਹੁਤੀ ਜ਼ਿਆਦਾ ਖੁੱਲ੍ਹ ਦੇ ਨਾਲ ਨਹੀਂ ਰਹਿ ਸਕਦੀਆਂ। ਇਸ ਟਾਈਮ ਕਾਤੀਆ ਫਰਾਂਸ ਦੇ ਇੱਕ ਸ਼ਹਿਰ ਪੈਰਿਸ ਦੇ ਵਿੱਚ ਰਹਿ ਰਹੀ ਹੈ, ਜਿੱਥੇ ਕਿ ਉਹ ਬੱਚਿਆਂ ਨੂੰ ਪੜ੍ਹਾਉਂਦੀ ਹੈ, ਜਾਣੀ ਕਿ ਇੱਕ ਟੀਚਰ ਹੈ। ਇਹ ਸੀ ਇੱਕ ਉਹ ਨਿਊਜ਼
ਜਿਸ ਨੇ ਉਸ ਟਾਈਮ ਦੀ ਸਰਕਾਰ ਤੱਕ ਹਿਲਾ ਦਿੱਤੀ ਸੀ। ਇਸ ਸਭ ਦੇ ਵਿੱਚ ਕਾਤੀਆ ਜੇ ਕੁਝ ਹੋਰ ਦੇਰ ਤੱਕ ਪੰਜਾਬ ਦੇ ਵਿੱਚ ਰਹਿ ਜਾਂਦੀ ਤਾਂ ਬਹੁਤੇ ਵੱਡੇ ਲੋਕਾਂ ਤੱਕ ਵੀ ਐਕਸ਼ਨ ਹੋ ਜਾਂਦੇ ਸਨ। ਪਰ ਉਸ ਨੂੰ ਵਿਸ਼ਵਾਸ ਨਹੀਂ ਸੀ ਭਾਰਤ ਦੇ ਕਾਨੂੰਨ ਦੇ ਵਿੱਚ, ਜਿਸ ਕਰਕੇ ਉਸਨੇ ਇੱਥੋਂ ਨਿਕਲਣ ਦੀ ਹੀ ਭਲਾਈ ਸਮਝੀ। ਜੇ ਤੁਸੀਂ ਇੱਥੋਂ ਤੱਕ ਆ ਗਏ ਹੋ ਤਾਂ ਕਿਰਪਾ ਕਰਕੇ ਯੂਟਿਊਬ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਜਲਦ ਹੀ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।